ਗੁਰਦੁਆਰਾ ਸਾਹਿਬ ਉਹ ਪਵਿੱਤਰ ਜਗ੍ਹਾ ਹੈ ਜਿੱਥੇ ਬਿਨਾਂ ਕੋਈ ਧਰਮ ਜਾਤ ਮਜ਼ਹਬ ਪੁੱਛੇ ਹਰ ਇਨਸਾਨ ਦੇ ਲਈ ਦਰਵਾਜ਼ੇ ਖੁੱਲ੍ਹੇ ਹਨ, ਪਰ ਫਿਰ ਵੀ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਹਮੇਸ਼ਾ ਭੰਗ ਕੀਤਾ ਜਾਂਦਾ ਹੈ। ਚਾਹੇ ਟਿਕਟੌਕ 'ਤੇ ਗਾਣੇ ਲਗਾ ਕੇ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਵੀਡੀਓ ਬਣਾਉਣ ਦੀ ਗੱਲ ਕਰੀਏ, ਜਾਂ ਫਿਰ ਆਪਣੀ ਕਿਸੇ ਸਿਆਸੀ ਮਨਸਾ ਨੂੰ ਪੂਰਾ ਕਰਨ ਦੇ ਲਈ ਗੁਰਦੁਆਰਾ ਸਾਹਿਬ ਦੇ ਅੰਦਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨਾ ਹੋਵੇ, ਹਮੇਸ਼ਾ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਭੰਗ ਕੀਤਾ ਜਾਂਦਾ ਰਿਹਾ ਹੈ। ਪਰ ਹੁਣ ਇੱਕ ਅਜਿਹੀ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਗੋਲਕ ਦੇ ਵਿੱਚ ਪੈਸਿਆਂ ਦੇ ਵਿੱਚ ਕੋਈ ਮੰਤਰ ਵਗੈਰਾ ਪਾ ਕੇ ਰੱਖੇ ਗਏ। ਆਓ ਹੁਣ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਵੀਡੀਓ, ਨਾਲ ਹੀ ਤੁਸੀਂ ਇਸ ਬਾਰੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਣਾ, ਅਤੇ ਨਾਲ ਹੀ ਇਹ ਵੀ ਵਿਚਾਰ ਜ਼ਰੂਰ ਸ਼ੇਅਰ ਕਰਨਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ। ਇਹ 20 ਰੁਪਈਆਂ ਦਾ ਨੋਟ ਹੈ ਜੀ, ਇਹ ਗੁਰੂ ਘਰ ਗੋਲਕ ਦੇ ਵਿੱਚੋਂ ਜਦੋਂ ਗੋਲਕ ਨੂੰ ਗਿਣਿਆ ਗਿਆ ਉਦੋਂ ਕੱਢਿਆ ਗਿਆ, ਉਹਦੇ ਵਿੱਚੋਂ ਦੋ ਨੋਟ 20-20 ਰੁਪਏ ਦੇ ਇਸ ਤਰ੍ਹਾਂ ਲੈਮੀਨੇਸ਼ਨ ਕੀਤੇ ਹੋਏ ਕੱਢੇ ਹੈ। ਇੱਕ ਨੋਟ ਖੋਲਿਆ ਗਿਆ ਤਾਂ ਖੋਲਦਿਆਂ ਤੋਂ ਪਾਟ ਗਿਆ ਕਿਉਂਕਿ ਲੈਮੀਨੇਸ਼ਨ ਹਾਰਡ ਹੋਇਆ ਹੋਇਆ ਸੀ। ਦੂਜੇ ਨੋਟ ਨੂੰ ਜਦੋਂ ਅੱਗ 'ਤੇ ਥੋੜ੍ਹਾ ਜਿਹਾ ਸੇਕਾ ਦੇ ਕੇ ਖੋਲਿਆ, ਇੱਕ ਪਾਸਿਓਂ ਇਸ ਤਰ੍ਹਾਂ ਖੋਲਿਆ, ਜਦੋਂ ਖੋਲਿਆ ਤਾਂ ਇਹਦੇ ਵਿੱਚੋਂ ਇੱਕ ਤਵੀਤ ਨਿਕਲਿਆ। ਆ ਉਹ ਤਵੀਤ ਹੈ ਜੀ ਜਿਹੜਾ ਗੁਰੂ ਘਰ ਦੇ ਗੋਲ। ਸੋ ਦੋਸਤੋ, ਤੁਸੀਂ ਦੇਖਿਆ ਕਿਸ ਤਰ੍ਹਾਂ ਨੋਟ ਦੇ ਵਿੱਚ ਕੋਈ ਤਵੀਤ ਵਗੈਰਾ ਲੁਕੋ ਕੇ ਉਸਨੂੰ ਲੈਮੀਨੇਸ਼ਨ ਕਰਕੇ ਗੁਰਦੁਆਰਾ ਸਾਹਿਬ ਦੀ ਗੋਲਕ ਦੇ ਵਿੱਚ ਪਾਇਆ ਜਾਂਦਾ ਹੈ। ਤੁਹਾਨੂੰ ਕੀ ਲੱਗਦਾ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਕਿਉਂ ਦਿੱਤਾ ਜਾਂਦਾ ਹੈ? ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਣਾ। ਇਸ ਅਪਡੇਟ ਦੇ ਵਿੱਚ ਇੰਨਾ ਹੀ, ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ। ਉਨੇ ਸਮੇਂ ਤੱਕ ਲਈ ਦਿਓ ਇਜਾਜ਼ਤ, ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਅਤੇ ਨਾਲ ਵਾਲੀ ਨੋਟੀਫਿਕੇਸ਼ਨ ਬੈਲ ਜ਼ਰੂਰ ਔਨ ਕਰ ਲੈਣਾ ਤਾਂ ਕਿ ਸਾਡੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਉਸੇ ਸਮੇਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ, ਟੇਕ ਕੇਅਰ।